ਪਿਛਲੇ 15 ਸਾਲਾਂ ਦੇ ਵਿੱਚ ਤਿੰਨ ਸਰਕਾਰਾਂ ਦੇ ਹਿੱਸੇਦਾਰ ਰਹੇ, ਭਾਗੀਦਾਰ ਰਹੇ, ਜਦੋਂ ਜਹਿਦ ਕਰਕੇ ਖੂਨ ਪਸੀਨਾ ਵਹਾ ਕੇ ਤਿੰਨ ਸਰਕਾਰਾਂ, ਪਰ ਜਦ ਵੀ ਸਰਕਾਰ ਬਣਾਈ ਇੱਕ ਦੈਤ ਰੂਪੀ ਸਿਸਟਮ ਸਾਹਮਣੇ ਖੜੋ ਕੇ ਆਵਾਜ਼ਾਂ ਮਾਰਦਾ ਸੀ, ਆ ਆ ਮੇਰੇ ਨਾਲ ਰਲ ਜਾ ਜਾਂ ਲਾਂਭੇ ਹੋ, ਨਾਲ ਰਲੇਗਾ ਤੇ ਮੌਜਾਂ ਮਨਾਏਗਾ, ਮੇਵੇ ਖਾਏਗਾ, ਨਾ ਤੇ ਨਾਲ ਰਲੇ ਲੜੇ ਔਰ ਸਿਸਟਮ ਚ ਰਹਿ ਕੇ ਲੜੇ। 15 ਸਾਲ ਚ ਤਿੰਨ ਸਰਕਾਰਾਂ ਭਾਵ 10 ਸਾਲ ਅਕਾਲੀ ਦਲ ਤੇ ਹੁਣ ਕਾਂਗਰਸ ਦੀ ਸਰਕਾਰ, ਸਿੱਧਾ ਵਾਰ ਉਹ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਹੁਕਮਰਾਨ ਭਾਵ ਬਾਦਲ ਪਰਿਵਾਰ। ਸਿੱਧੂ ਜਦੋਂ ਭਾਜਪਾ 'ਚ ਸੀ ਉਸ ਵੇਲੇ ਵੀ ਅਕਾਲੀ ਦਲ ਨਾਲ ਵਿਚਾਰਕ ਮਤਭੇਦਾਂ ਕਰਕੇ ਲੜੇ ਤੇ ਫਿਰ ਭਾਜਪਾ ਛੱਡਣੀ ਪਈ ਤੇ ਹੁਣ ਕਾਂਗਰਸ 'ਚ ਨੇ, ਹੁਣ ਵੀ ਸਿਸਟਮ 'ਚ ਰਹਿ ਕੇ ਲੜੀ, ਆਖਿਰ ਕੈਬਨਿਟ ਦੀ ਕੁਰਸੀ ਤੋਂ ਹੱਥ ਧੋਣਾ ਪਿਆ। ਪਰ ਇਸ ਸਭ ਦਾ ਸਿੱਧੂ ਨੂੰ ਕੋਈ ਸ਼ਿਕਵਾ ਨਹੀਂ ਹੈ। ਇਹ ਉਹ ਵੀਡੀਓ ਸੀ ਜਿਸਨੇ ਕਾਫ਼ੀ ਹੱਦ ਤੱਕ ਸਿੱਧੂ ਦੇ ਮਨ ਦੀ ਸਥਿਤੀ ਨੂੰ ਸਾਫ਼ ਕੀਤਾ ਕਿ ਕਹਿਣਾ ਕੀ ਚਾਹੁੰਦੇ ਨੇ। ਸਿਆਸੀ ਮਾਮਲਿਆਂ ਦੇ ਮਾਹਰ ਮੰਨਦੇ ਨੇ ਕਿ ਸਿੱਧੂ ਹੁਣ ਬਾਦਲ ਅਤੇ ਕੈਪਟਨ ਨੂੰ ਆਪਣੀ ਸਿਆਸੀ ਦੁਸ਼ਮਣ ਮੰਨ ਚੁੱਕੇ ਨੇ। ਪਰ ਸਵਾਲ ਇੱਥੇ ਇਹ ਵੀ ਉੱਠਦਾ ਕਿ ਫਿਰ ਜੇ ਅਕਾਲੀ ਦਲ ਅਤੇ ਕਾਂਗਰਸ 'ਚ ਸਿੱਧੂ ਫਿੱਟ ਨਹੀਂ ਰਹਿ ਸਕੇ ਤਾਂ 2022 ਦੀ ਵਿਧਾਨ ਸਭਾ ਚੋਣਾਂ ਕਿਹੜੇ ਪਲੇਟਫਾਰਮ ਤੋਂ ਲੜੀ ਜਾਵੇਗੀ? ਬੜਾ ਦਿਲਚਸਪ ਸਵਾਲ। ਦਰਅਸਲ ਸਿੱਧੂ ਅਤੇ ਪੰਜਾਬ ਹਿਤੈਸ਼ੀ ਪਾਰਟੀਆਂ ਵੱਲੋਂ ਡੋਰੇ ਪਾਏ ਜਾ ਰਹੇ ਨੇ, ਜਿਨ੍ਹਾਂ 'ਚ ਇਹ ਪਾਰਟੀਆਂ ਦੇ ਮੋਹਤਬਰ ਸੱਜਣ ਸਿੱਧੂ ਦੇ ਸੰਪਰਕ ਵਿੱਚ ਵੀ ਨੇ। ਭਗਵੰਤ ਮਾਨ, ਆਮ ਆਦਮੀ ਪਾਰਟੀ। ਭਗਵੰਤ ਮਾਨ ਦੀ ਬੀਤੇ ਦਿਨੀ ਸਿੱਧੂ ਨਾਲ ਗੁਪਤ ਮੁਲਾਕਾਤ ਵੀ ਹੋਈ, ਜਿਸ 'ਚ ਸਿੱਧੂ ਬਾਰੇ ਸਿਆਸੀ ਹਾਲਾਤਾਂ ਬਾਰੇ ਚਰਚਾ ਹੋਈ। ਦੂਜੀ ਪਾਰਟੀ ਲੋਕ ਇਨਸਾਫ ਪਾਰਟੀ, ਟਕਸਾਲੀ ਅਕਾਲੀ ਦਲ, ਪੰਜਾਬ ਏਕਤਾ ਪਾਰਟੀ। ਇਹ ਉਹ ਪਾਰਟੀਆਂ ਨੇ ਜੋ ਸਿੱਧੂ ਦੇ ਸੰਪਰਕ ਵਿੱਚ ਨੇ। ਜੇਕਰ ਇਹ ਪਾਰਟੀਆਂ ਇਕੱਠੀਆਂ ਹੁੰਦੀਆਂ ਨੇ ਤਾਂ ਸਮੀਕਰਨ ਕਾਫ਼ੀ ਹੱਦ ਤੱਕ ਬਦਲੇ ਜਾ ਸਕਦੇ ਨੇ, ਕਿਉਂਕਿ ਇਕੱਲਾ ਇਹੀ ਨਹੀਂ ਕਿ ਸਿਰਫ ਇਹੀ ਸਿਆਸਤਦਾਨ ਸਿੱਧੂ ਦਾ ਸਾਥ ਦੇਣਗੇ। 40 ਤੋਂ ਵੱਧ ਕਾਂਗਰਸ 'ਚ ਅਜਿਹੇ ਵਿਧਾਇਕ ਨੇ ਜੋ ਸਿੱਧੂ ਨਾਲ ਖੜੇ ਨੇ ਪਰ ਅੰਦਰ ਖਾਤੇ। ਜੇਕਰ ਇਸ ਤਰ੍ਹਾਂ ਹੁੰਦਾ ਤਾਂ ਫਿਰ ਲੜਾਈ ਕਾਂਗਰਸ ਅਕਾਲੀ ਦੀ ਨਹੀਂ ਬਲਕਿ ਬਨਾਮ ਕੈਪਟਨ ਬਾਦਲ ਹੋਵੇਗੀ। ਇਸ ਲਈ ਰਵਾਇਤੀ ਸਿਆਸਤਦਾਨਾਂ ਨੂੰ ਖਤਰਾ ਜਾਪ ਰਿਹਾ। ਲੋਕ ਬਹੁਤ ਸਮਝਦਾਰ ਹੋ ਚੁੱਕੇ ਨੇ ਪਰ ਹੁਣ ਜ਼ਰੂਰਤ ਹੈ ਇਹਨਾਂ ਪੰਜਾਬ ਹਿਤੈਸ਼ੀ ਸਿਆਸਤਦਾਨਾਂ ਨੂੰ ਸਮਝਦਾਰ ਹੋਣ ਦੀ, ਤਾਂ ਜੋ ਪੰਜਾਬ ਨੂੰ ਪੰਜਾਬ ਮੁੜ ਤੋਂ ਬਣਾਇਆ ਜਾ ਸਕੇ। ਬਿਊਰੋ ਰਿਪੋਰਟ, ਪੰਜਾਬੀ ਟੀਵੀ। ਪਿਆਰੇ ਪੰਜਾਬੀਓ, ਕੌਮ ਦੇ ਯੋਧਿਓ, ਸੂਬੇਦਾਰੋ, ਅਹਿਲੰਬਰਦਾਰੋ, ਅੱਜ ਇੱਕ ਖਾਸ ਮਨਸੂਬੇ ਦੇ ਨਾਲ ਤੁਹਾਡਾ ਆਹਵਾਨ ਕੀਤਾ, ਇਸੇ ਕਰਕੇ ਇਹ ਗੁਫ਼ਤਗੂ। ਪਿਛਲੇ 15 ਸਾਲਾਂ ਦੇ ਵਿੱਚ ਤਿੰਨ ਸਰਕਾਰਾਂ ਦੇ ਹਿੱਸੇਦਾਰ ਰਹੇ, ਭਾਗੀਦਾਰ ਰਹੇ, ਜਦੋਂ ਜਹਿਦ ਕਰਕੇ ਖੂਨ ਪਸੀਨਾ ਵਹਾ ਕੇ ਤਿੰਨ ਸਰਕਾਰਾਂ, ਪਰ ਜਦ ਵੀ ਸਰਕਾਰ ਬਣਾਈ ਇੱਕ ਦੈਤ ਰੂਪੀ ਸਿਸਟਮ ਸਾਹਮਣੇ ਖੜੋ ਕੇ ਆਵਾਜ਼ਾਂ ਮਾਰਦਾ ਸੀ, ਆ ਆ ਮੇਰੇ ਨਾਲ ਰਲ ਜਾ ਜਾਂ ਲਾਂਭੇ ਹੋ, ਨਾਲ ਰਲੇਗਾ ਤੇ ਮੌਜਾਂ ਮਨਾਏਗਾ, ਮੇਵੇ ਖਾਏਗਾ, ਨਾ ਤੇ ਨਾਲ ਰਲੇ ਲੜੇ ਔਰ ਸਿਸਟਮ 'ਚ ਰਹਿ ਕੇ ਲੜੇ। ਦਰਕਨਾਰ ਹੋ ਗਏ ਪਰ ਲੜਾਈ ਅੱਜ ਵੀ ਜਾਰੀ ਹੈ, ਇੱਕ ਇੰਚ ਪਿੱਛੇ ਨਹੀਂ ਹੁੰਦੇ। 100 ਵਾਰ ਸੋਚਦਾ ਫਿਰ ਸਟੈਂਡ ਲੈਣਾ, ਪਰ ਜਿਹੜਾ ਸਟੈਂਡ ਲੈਣਾ ਨਾ ਉਹ ਤੋਂ ਕਦੇ ਵੀ ਪਿੱਛੇ ਨਹੀਂ ਹਟਿਆ। ਮੈਂ ਧਰਮ ਯੁੱਧ ਦਾ ਆਹਵਾਨ ਕਰਦਾ। ਧਰਮਾਂ 'ਚ ਸਭ ਤੋਂ ਵੱਡਾ ਧਰਮ ਰਾਸ਼ਟਰ ਧਰਮ, ਮਿੱਟੀ ਦੇ ਰਹਿਣ ਦੇ ਲਈ ਲੜਨਾ, ਉਹ ਭਾਵਨਾ ਜਗਾਉਣਾ ਜਿਹੜੀ ਤੁਹਾਡੇ ਰਾਸ਼ਟਰ ਨੂੰ ਸਮਰਪਿਤ ਹੋ ਜਾਏ, ਜਿਹਨੇ ਭਗਤ ਸਿੰਘ ਬਣਾਇਆ। ਪ੍ਰੇਰਣਾ, ਜਦ ਵੀ ਦਰਬਾਰ ਸਾਹਿਬ ਜਾਂਦਾ ਅਤੇ ਬਾਹਰ ਆਉਣਾ ਨਾ ਅਤੇ ਵੇਖਦਾ ਧਰਮ ਦੀ ਵਿਜੇ ਪਤਾਕਾ, ਝੰਡੇ ਬੁੰਗੇ, ਜੁਗੋ ਜੁਗ ਅਟਲ, ਸੀਸ ਨਵਾਉਣਾ, ਮੱਥਾ ਟੇਕਦਾ, ਫਿਰ ਵੇਖਣਾ ਕਿ ਧਰਮ ਦਾ ਝੂਲਦਾ ਝੰਡਾ ਸਭ ਤੋਂ ਉੱਚਾ। ਮੇਰਾ ਧਰਮ ਤਾਂ ਇੱਕੋ ਹੀ ਹੈ, ਮੇਰੇ ਰੱਬ ਤੁਸੀਂ ਹੋ, ਤੁਹਾਡੇ ਅੰਦਰ ਹੀ ਮੈਨੂੰ ਗੁਰੂ ਰਾਮਦਾਸ ਪਾਤਸ਼ਾਹ ਦਿਖਦਾ ਹੈ। ਪੰਜਾਬ ਦੇ ਭਲੇ ਦੇ ਵਿੱਚ ਮੇਰਾ ਭਲਾ ਹੈ, ਪੰਜਾਬ ਦੇ ਕਲਿਆਣ 'ਚ ਆਪਣੇ ਸਾਰਿਆਂ ਦਾ ਕਲਿਆਣ ਹੈ। ਇਹ ਧਰਮ ਯੁੱਧ ਪੰਜਾਬ ਦੀ ਸਦਗਤੀ ਵੱਲ ਲਿਜਾਂਦਾ ਹੈ।
ਪਹਿਲੀ ਰਾਹ ਉਹ ਜਿਹੜੀ ਪੰਜਾਬ 'ਤੇ ਬੋਝ ਪਾਉਂਦੀ ਹੈ, ਬਰਬਾਦੀ ਵੱਲ ਲਿਜਾਂਦੀ ਹੈ ਔਰ ਲੱਖਾਂ ਕਰੋੜ ਰੁਪਈਏ ਦਾ ਕਰਜ਼ਾ ਚੜਾਉਂਦੀ। ਦੂਜੀ ਰਾਹ ਉਹ ਜਿਹੜੀ ਪੰਜਾਬ ਨੂੰ ਸੰਪੰਨ ਬਣਾਉਂਦੀ ਹੈ, ਹਰ ਪੰਜਾਬੀ ਦੇ ਅਰਮਾਨਾਂ ਨੂੰ ਖੰਭ ਲਾ ਕੇ ਉਹਦੇ ਸੁਪਨਿਆਂ ਨੂੰ ਸਾਕਾਰ ਕਰਦੀ ਹੈ, ਪੰਜਾਬ ਨੂੰ ਆਤਮ ਨਿਰਭਰ ਬਣਾਉਂਦੀ ਹੈ। ਇਹ ਲੜਾਈ ਲੋਕਾਂ ਦੇ ਮਨਾਂ ਦੇ ਵਿੱਚ ਲੜਨ ਵਾਲੀ ਹੈ। ਵੱਡੀਆਂ ਵੱਡੀਆਂ ਆਪਦਾਂ ਆਈਆਂ, ਅੱਤਵਾਦ ਤੋਂ ਨਿਜਾਤ ਮਿਲੀ, ਲੇਕਿਨ ਨਿਜਾਤ ਉਦੋਂ ਮਿਲੀ ਜਦੋਂ ਲੋਕ ਉੱਠੇ, ਲੜਾਈ ਲੋਕਾਂ ਦੇ ਮਨਾਂ ਦੇ ਵਿੱਚ ਲੜੀ ਗਈ। ਪੰਜਾਬ ਦੇ ਉਹ ਲੋਕੋ ਇੱਕ ਮੁੱਠ ਹੋ ਜਾਓ, ਆਪਣੀ ਮਾਤਰ ਭੂਮੀ ਦੇ ਲਈ ਇੱਕ ਮੁੱਠ ਹੋ ਜਾਓ। ਛੋਟੇ ਛੋਟੇ ਤਿਣਕੇ ਜੇ ਇਕੱਠੇ ਹੋ ਜਾਣਾ ਅਤੇ ਛੱਪੜ ਬਣ ਕੇ ਮੂਸਲਾਧਾਰ ਬਾਰਿਸ਼ ਰੋਕ ਲਓ, ਛੋਟੀਆਂ ਛੋਟੀਆਂ ਘਾਹ ਦੀਆਂ ਪੱਤੀਆਂ ਗੂੰਥ ਲਓ ਅਤੇ ਰੱਸੀ ਬਣਾ ਕੇ ਮਤਵਾਲਾ ਹਾਥੀ ਬੰਨ੍ਹ ਲਓ। ਇੰਨੀ ਤਾਕਤ ਹੈ, ਇਹ ਉਂਗਲਾਂ ਵੇਖੋ, ਕੋਈ ਛੋਟੀ ਹੈ, ਕੋਈ ਮੋਟੀ ਹੈ, ਕੋਈ ਪਤਲੀ ਹੈ, ਕੋਈ ਲੰਬੀ ਹੈ, ਲੇਕਿਨ ਜਦੋਂ ਇਕੱਠੀਆਂ ਹੋ ਜਾਂਦੀਆਂ 100 ਗੁਣਾ ਬੋਝ ਚੁੱਕ ਲੈਂਦੀਆਂ। ਜਦੋਂ ਵੀ ਕੋਈ ਯੋਧਾ ਸੱਚ ਦੀ ਲੜਾਈ ਲੜਦਾ ਔਰ ਪਹਿਲਾ ਕਦਮ ਇਸ ਯੁੱਧ ਦੇ ਵਿੱਚ ਧਰਦਾ ਹੈ, ਤਾਂ ਫਿਰ ਉਹ ਸਾਰੇ ਰਿਸ਼ਤੇ ਨਾਤੇ ਪਿੱਛੇ ਛੱਡ ਕੇ ਆਉਂਦਾ ਹੈ। ਜੀਵਨ ਦਾ ਮੋਹ ਵੀ ਉਹਦੇ ਨਾਲ ਨਹੀਂ ਚੱਲਦਾ, ਉਹ ਇੱਕ ਯੋਗੀ ਵਾਂਗ ਸਾਰੇ ਬੰਧਨ ਕੱਟ ਕੇ ਸੱਚ ਦੀ ਰਾਹ ਦੇ ਉੱਤੇ ਆਪਣੇ ਲਕਸ਼ ਵੱਲ ਅੱਗੇ ਵੱਧਦਾ ਔਰ ਲਕਸ਼ ਹੈ ਜਿੱਤੇਗਾ ਪੰਜਾਬ, ਕਰਜ਼ਾ ਮੁਕਤ ਹੋਏਗਾ ਪੰਜਾਬ, ਨੀਤੀਬੱਧ ਯੋਜਨਾਬੱਧ ਤਰੀਕੇ ਦੇ ਨਾਲ ਉੱਠੇਗਾ ਪੰਜਾਬ। ਉਹ ਰਾਹ ਜਿਹੜੀ ਪੰਜਾਬ ਦੇ ਦੀ ਸੰਪੰਨਤਾ, ਪੰਜਾਬ ਦੀ ਆਤਮ ਨਿਰਭਰਤਾ, ਪੰਜਾਬ ਦੀ ਸਦਗਤੀ ਬਣ ਜਾਂਦੀ ਹੈ, ਇਸੇ ਦਾ ਆਹਵਾਨ ਕਰਦਾ। ਯਾਦ ਰੱਖਣਾ, ਲੜਾਈ ਵਿਚਾਰਧਾਰਾ ਦੀ ਹੈ, ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ ਨਹੀਂ। ਅਤੀ ਹੋ ਗਈ ਅੱਤ ਖੁਦਾ ਦਾ ਵੈਰ, ਹੋ ਚੁੱਕੀ ਹੈ ਪੀੜ ਪਰਬਤ ਸੀ ਪਿਘਲਨੀ ਚਾਹੀਏ, ਉਸ ਹਿਮਾਲਿਆ ਸੇ ਕੋਈ ਗੰਗਾ ਨਿਕਲਨੀ ਚਾਹੀਏ, ਸਿਰਫ ਹੰਗਾਮਾ ਖੜਾ ਕਰਨਾ ਮੇਰਾ ਮਕਸਦ ਨਹੀਂ, ਮੇਰਾ ਮਕਸਦ ਹੈ ਕਿ ਇਹ ਸੂਰਤ ਬਦਲਨੀ ਚਾਹੀਏ, ਫਿਰ ਮੇਰੇ ਦਿਲ ਮੇ ਨਾ ਸਹੀ ਤੋ ਤੇਰੇ ਦਿਲ ਮੇ ਹੀ ਸਹੀ, ਹੋ ਕਹੀਂ ਵੀ ਆਗ ਲੇਕਿਨ ਆਗ ਜਲਨੀ ਚਾਹੀਏ, ਸੂਰਤ ਬਦਲਨੀ ਚਾਹੀਏ, ਸਿਸਟਮ ਬਦਲਣਾ ਚਾਹੀਏ, ਪਾਪ ਖਤਮ।